ਲਗਾਤਾਰ ਵੱਧ ਰਹੇ ਪ੍ਰਦੂਸ਼ਣ ਤੋਂ ਪਰੇਸ਼ਾਨ ਚੰਡੀਗੜ੍ਹ ਪ੍ਰਸ਼ਾਸਨ ਨੇ ਪਹਿਲਾਂ ਤਾਂ ਮੋਹਾਲੀ ਅਤੇ ਪੰਚਕੂਲਾ ਤੋਂ ਆਉਣ ਵਾਲੇ ਪੈਟਰੋਲ ਅਤੇ ਡੀਜ਼ਲ ਦੋਵੇਂ ਆਟੋਆਂ ਨੂੰ ਬੰਦ ਕੀਤਾ ਅਤੇ ਇੱਕ ਨਵਾਂ ਉਪਰਾਲਾ ਹੁਣ ਕੀਤਾ ਗਿਆ ਹੈ ਕਿ ਕੋਈ ਵੀ ਨਵਾਂ ਆਟੋ ਚਾਹੇ ਉਹ ਡੀਜ਼ਲ ਦਾ ਹੋਵੇ, CNG ਦਾ ਹੋਵੇ ਜਾਂ ਪੈਟਰੋਲ ਦਾ ਹੋਵੇ, ਉਹ ਰਜਿਸਟਰ ਨਹੀਂ ਕੀਤਾ ਜਾਵੇਗਾ ਚੰਡੀਗੜ੍ਹ ਦੇ ਵਿੱਚ। ਪਰ ਹੁਣ ਇਲੈਕਟ੍ਰਿਕ ਆਟੋ ਜੋ ਨੇ ਉਹ ਬਾਜ਼ਾਰ ਵਿੱਚ ਆਏ ਨੇ। ਮੇਰਾ ਠੀਕ ਸੱਜੇ ਹੱਥ ਨੂੰ ਇੱਕ ਤਸਵੀਰ ਬਣੀ ਹੈ ਅਤੇ ਕੁਛ ਜੋ ਖਾਸ ਗੱਲਾਂ ਨੇ ਇਸ ਆਟੋ ਬਾਰੇ ਉਹ ਵੀ ਲਿਖੀਆਂ ਗਈਆਂ ਨੇ। ਸਭ ਤੋਂ ਪਹਿਲਾਂ ਕਿ ਲੀਥੀਅਮ ਬੈਟਰੀ ਹੈ, ਨਾ ਕਲੱਚ ਨਾ ਗੇਅਰ, ਅਤੇ ਸਵੈਪੇਬਲ ਬੈਟਰੀਆਂ ਨੇ, ਮਤਲਬ ਕਿ ਜੇਕਰ ਬੈਟਰੀ ਤੁਹਾਡੀ ਆਟੋ ਦੀ ਖਤਮ ਹੁੰਦੀ ਹੈ ਤੁਸੀਂ ਚਾਰਜਿੰਗ ਸਟੇਸ਼ਨਾਂ 'ਤੇ ਜਾ ਕੇ ਉਸ ਬੈਟਰੀ ਨੂੰ ਸਵੈਪ ਕਰ ਸਕਦੇ ਹੋ, ਆਪਣੀ ਖਾਲੀ ਹੋਈ ਬੈਟਰੀ ਦੀ ਥਾਂ ਇੱਕ ਭਰੀ ਹੋਈ ਬੈਟਰੀ ਲੈ ਸਕਦੇ ਹੋ। ਕਿਵੇਂ ਇਹ ਪ੍ਰੋਸੈਸ ਸਾਰਾ ਉਹ ਵੀ ਤੁਹਾਨੂੰ ਦੱਸਾਂਗੇ, ਲੇਕਿਨ ਉਸ ਤੋਂ ਇਲਾਵਾ ਬੂਸਟ ਮੋਡ ਵੀ ਦਿੱਤਾ ਗਿਆ, ਵਾਟਰਪਰੂਫ ਮੋਟਰ ਦਿੱਤੀ ਗਈ ਹੈ, ਆਟੋਮੈਟਿਕ ਗੇਅਰ ਬਾਕਸ ਦਿੱਤਾ ਗਿਆ ਹੈ, ਫੁੱਲ ਡਿਜੀਟਲ ਕਲਸਟਰ ਵੀ ਦਿੱਤਾ ਗਿਆ ਹੈ। ਦੂਜੇ ਪਾਸੇ ਜ਼ੀਰੋ ਐਮਿਸ਼ਨ, ਕੋਈ ਧੂੰਆਂ ਨਹੀਂ, ਪੋਲਿਊਸ਼ਨ ਫਰੀ ਨਹੀਂ, ਕਿਉਂਕਿ ਇਲੈਕਟ੍ਰਿਕ ਆਟੋ ਹੈ, ਨਾ ਪੈਟਰੋਲ ਨਾ ਡੀਜ਼ਲ, ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਪੋਲਿਊਸ਼ਨ ਇਸ ਵਿੱਚੋਂ ਨਹੀਂ ਨਿਕਲੇਗਾ। ਆਵਾਜ਼ ਦੇ ਕੰਪਨ ਤੋਂ ਵੀ ਇਹ ਮੁਕਤ ਹੈ ਅਤੇ ਹੈਡਲੈਂਪ ਜੋ ਨੇ ਬਲਿਊ ਵਿਜ਼ਨ ਦਿੱਤੇ ਗਏ ਨੇ ਅਤੇ ਹਿਲ ਹੋਲ ਅਸਿਸਟੈਂਟ ਅਸਿਸਟ ਵੀ ਦਿੱਤਾ ਗਿਆ ਹੈ। ਸੁਰੱਖਿਆ ਲਈ ਦਰਵਾਜ਼ੇ ਅੱਜ ਕੱਲ੍ਹ ਦੇ ਰਹੀ ਨੇ ਕੰਪਨੀਆਂ। ਅਤੇ ਅਸੀਂ ਉਸ ਚਾਰਜਿੰਗ ਪੁਆਇੰਟ 'ਤੇ ਪਹੁੰਚੇ ਹਾਂ, ਪਿਆਜੀਓ ਨੇ ਇਹ ਜੋ ਹੈ ਇਹ ਇਲੈਕਟ੍ਰਿਕ ਆਟੋ ਕੱਢੇ ਨੇ। ਅਸੀਂ ਉਹਨਾਂ ਦੇ ਦਫ਼ਤਰ ਪਹੁੰਚੇ ਹਾਂ ਜਾਣਨ ਦੇ ਲਈ ਕਿ ਆਖਰ ਕੀ ਕੁਛ ਖਾਸ ਇਹਨਾਂ ਇਲੈਕਟ੍ਰਿਕ ਜੋ ਆਟੋ ਹੈ ਉਸ ਦੇ ਵਿੱਚ ਹੈ। ਸਾਡੇ ਨਾਲ ਰਮਨ ਜੀ ਮੌਜੂਦ ਨੇ, ਇਹਨਾਂ ਕੋਲੋਂ ਜਾਣਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਜੀ ਰਮਨ ਜੀ, ਥੋੜ੍ਹਾ ਜਿਹਾ ਆਟੋ ਬਾਰੇ ਪਹਿਲਾਂ ਤੁਸੀਂ ਦੱਸੋਗੇ ਅੰਦਰੋਂ, ਜੇ ਅਸੀਂ ਐਕਸਪਲੇਨ ਕਰ ਸਕੋ ਤੁਸੀਂ ਥੋੜ੍ਹਾ ਜਿਹਾ। ਇਹ ਇੱਕ ਆਪਣੀ ਕੈਟੇਗਰੀ ਦੇ ਅੰਦਰ ਆਲਮੋਸਟ ਮੈਂ ਕਹੂੰਗਾ ਵੀ ਪਹਿਲਾਂ ਹੀ ਇੱਕ ਆਟੋ ਰਿਕਸ਼ਾ ਹੈ ਜਿਹੜਾ ਇੱਕ ਈ ਰਿਕਸ਼ਾ ਨਹੀਂ ਹੈ, ਆਟੋ ਹੈ, ਇਹਨੂੰ ਕੈਲ-5 ਕੈਟੇਗਰੀ ਦਾ ਆਟੋ ਰਿਕਸ਼ਾ ਬੋਲਦੇ ਹਾਂ ਜੀ। ਇਹਦਾ ਇਹ ਮਤਲਬ ਹੈ ਵੀ ਇਹਦੇ ਅੰਦਰ ਬਾਡੀ ਵੀ ਪੂਰੀ ਆਟੋ ਰਿਕਸ਼ਾ ਵਾਲੀ ਦਿੱਤੀ ਗਈ ਹੈ, ਪਾਵਰ ਵੀ ਆਟੋ ਰਿਕਸ਼ਾ ਵਾਲੀ ਦਿੱਤੀ ਗਈ ਹੈ, ਅਤੇ ਮੈਕਸੀਮਮ ਸਪੀਡ ਵੀ ਇੱਕ ਜੇ ਉਹ ਬੰਦੇ ਨੂੰ ਇੱਕ ਨੋਰਮਲ CNG ਆਟੋ ਰਿਕਸ਼ਾ ਖਰੀਦਣ 'ਚ ਮਿਲਦੀ ਹੈ ਉਹੀ ਸਪੀਡ ਇਹਦੇ ਅੰਦਰ ਮਿਲ ਗਈ ਹੈ ਜੀ। ਆਟੋ ਰਿਕਸ਼ਾ ਦੇ ਅੰਦਰ ਮੈਂ ਦੱਸੂੰਗਾ ਤੁਹਾਨੂੰ, ਅਗਰ ਆਪਾਂ ਇਲੈਕਟ੍ਰਿਕ ਆਟੋ ਰਿਕਸ਼ਾ ਦੀ ਗੱਲ ਕਰੀਏ ਤਾਂ ਦੋ ਤਰ੍ਹਾਂ ਦੇ ਕਨਸੈਪਟ ਹੁੰਦੇ ਹੈ, ਇੱਕ ਨੂੰ ਕਹਿੰਦੇ ਆ ਆਪਾਂ ਫਿਕਸ ਬੈਟਰੀ, ਇੱਕ ਨੂੰ ਕਹਿੰਦੇ ਆਪਾਂ ਸਵੈਪਿੰਗ ਬੈਟਰੀ। ਫਿਕਸ ਬੈਟਰੀ ਦਾ ਇਹ ਹੁੰਦਾ ਵੀ ਉਹ ਬੈਟਰੀ ਕਸਟਮਰ ਦੀ ਹੈ, ਕਸਟਮਰ ਨੇ ਆਪਣੇ ਘਰੇ ਵੀ ਉਹਨੂੰ ਚਾਰਜ ਕਰ ਸਕਦਾ ਅਤੇ ਉਹਦੀ ਵੇਅਰ ਐਂਡ ਟੇਅਰ ਵੀ ਕਸਟਮਰ ਦੀ ਹੈ। ਅਗਰ ਉਹ 1.5 ਸਾਲ ਬਾਅਦ 2 ਸਾਲ ਬਾਅਦ ਕਦੀ ਵੀ ਖਰਾਬ ਹੁੰਦੀ ਹੈ ਤਾਂ ਕਸਟਮਰ ਇਜ਼ ਰਿਸਪੋਂਸੀਬਲ, ਕਸਟਮਰ ਰਿਸਪੋਂਸੀਬਲ ਹੈ ਉਹਨੂੰ ਬਦਲਣ ਲਈ ਵੀ ਅਤੇ ਉਹਨੂੰ ਟਾਈਮਲੀ ਉਹਨੂੰ ਉਹਦਾ ਮੇਨਟੇਨੈਂਸ ਲਈ ਵੀ। ਇਹ ਸਵੈਪੇਬਲ ਹੈ, ਸਵੈਪੇਬਲ ਆਓ ਮੈਂ ਤੁਹਾਨੂੰ ਦਿਖਾਉਂਦਾ ਵੀ। ਸਵੈਪੇਬਲ ਦਾ ਮਤਲਬ ਹੈ ਵੀ ਇੱਦਾਂ ਦੇ ਡੌਕਸ ਹੈਗੇ ਆ, ਇਹ ਡੌਕਸ ਦੇ ਅੰਦਰ ਇੱਦਾਂ ਦੀ ਇੱਕ ਬੈਟਰੀ ਹੈ, ਇਹ ਬੈਟਰੀ ਕਸਟਮਰ ਇਹਦੇ ਵਿੱਚ ਇੱਦਾਂ ਪਾ ਸਕਦਾ, ਇਟਸ ਵੈਰੀ ਈਜ਼ੀ। ਇੱਕ ਕਾਮਨ ਬੈਟਰੀ ਹੈ ਇਹ, ਇਹਦੇ ਵਿੱਚੋਂ ਕੱਢੇਗਾ ਕਸਟਮਰ, ਇਸ ਮਸ਼ੀਨ ਦੇ ਅੰਦਰ ਬੈਟਰੀ ਚਾਰਜ ਹੋਏਗੀ, ਖਾਲੀ ਬੈਟਰੀ ਇਹਦੇ ਅੰਦਰ ਜਾਏਗੀ, ਭਰੀ ਹੋਈ ਬੈਟਰੀ ਫਿਰ ਕਸਟਮਰ ਆਉਂਦਾ ਹੈ, ਭਰੀ ਹੋਈ ਬੈਟਰੀ ਕੱਢ ਕੇ ਇਹਦੇ ਅੰਦਰ ਪਾ ਲੈਂਦਾ। ਇਹ ਸਿੰਪਲ ਉਦਾਂ ਦਾ ਕਨਸੈਪਟ ਹੈ ਜਿੱਦਾਂ ਅਸੀਂ ਘਰਾਂ ਦੇ ਅੰਦਰ LPG ਸਿਲੰਡਰ ਯੂਜ਼ ਕਰਦੇ ਹਾਂ ਆਪਣੇ ਘਰੇ ਹੋਮ ਯੂਜ਼ ਦੇ ਲਈ, ਵੀ ਅਸੀਂ ਉੱਥੇ ਏਜੰਸੀ ਜਾਂਦੇ ਹਾਂ ਆਪਣਾ ਖਾਲੀ ਸਿਲੰਡਰ ਦੇ ਦਿੰਦੇ ਹਾਂ ਅਤੇ ਭਰਾ ਹੋਇਆ ਲੈ ਲੈਂਦੇ ਹਾਂ। ਹੁਣ ਕਸਟਮਰ ਨੂੰ ਇਹਦੇ ਅੰਦਰ ਕੀ ਬੈਨੀਫਿਟ ਹੈ? ਕਸਟਮਰ ਨੂੰ ਇਹ ਬੈਨੀਫਿਟ ਹੈ ਵੀ ਇਹ ਬੈਟਰੀ ਦੀ ਵੇਅਰ ਐਂਡ ਟੇਅਰ, ਮੇਨਟੇਨੈਂਸ ਸਾਰੀ ਸਨ ਮੋਬਿਲਿਟੀ ਦੀ ਹੈ। ਇਹ ਬੈਟਰੀ ਅਗਰ 1 ਸਾਲ ਬਾਅਦ ਖਰਾਬ ਹੁੰਦੀ ਹੈ, 1.5 ਸਾਲ ਬਾਅਦ ਖਰਾਬ ਹੁੰਦੀ ਹੈ, ਤਾਂ ਇਟ ਇਜ਼ ਡਿਊਟੀ ਆਫ ਸਨ ਮੋਬਿਲਿਟੀ ਵੀ ਇਹ ਨਵੀਆਂ ਬੈਟਰੀਆਂ ਸਿਸਟਮ ਦੇ ਅੰਦਰ ਲੈ ਕੇ ਆਉਂਦੀ ਹੈ, ਅਤੇ ਕਸਟਮਰ ਨੂੰ 15 ਸਾਲ ਲਈ, ਜਿੰਨੀ ਦੇਰ ਆਟੋ ਰਿਕਸ਼ਾ ਦੀ ਲਾਈਫ ਹੈ, 15 ਸਾਲ ਲਈ ਕੋਈ ਬੈਟਰੀ ਦਾ ਖਰਚਾ ਨਹੀਂ ਪਏਗਾ, ਉਹਨੇ ਸਿਰਫ ਸਵੈਪ ਦੇ ਪੈਸੇ ਦੇਣੇ ਆ, ਸਿਰਫ ਸਵੈਪ ਦੇ ਪੈਸੇ ਦੇਣੇ। ਜਿੰਨੇ % ਬੈਟਰੀ ਖਾਲੀ ਹੈ ਸਿਰਫ 19% ਦੇ ਪੈਸੇ ਦੇਣੇ ਪੈਣਗੇ। ਮੈਂ ਇਹਦੇ ਅੰਦਰ ਫਿਰ ਐਡ ਕਰੂੰਗਾ ਵੀ ਇਹਦੇ ਅੰਦਰ ਇੱਦਾਂ ਨਹੀਂ ਹੈ ਵੀ ਕਸਟਮਰ ਦਾ ਕੋਈ ਫਿਕਸ ਚਾਰਜ ਨਹੀਂ ਹੈ। ਹੁਣ ਕਸਟਮਰ ਚਾਰਜਿੰਗ ਸਟੇਸ਼ਨ ਦੇ ਨਜ਼ਦੀਕ ਆਇਆ, ਉਹਦੀ 50% ਬੈਟਰੀ ਅਨਯੂਜ਼ਡ ਪਈ ਸੀਗੀ, ਉਹਨੂੰ ਸਿਰਫ 50% ਦੇ ਦੇਣੇ ਪਊਗੇ, ਜਿੰਨਾ ਉਹ ਯੂਜ਼ ਕਰੇਗਾ 70% ਯੂਜ਼ ਕੀਤੀ ਹੈ, 30% ਖਾਲੀ ਪਈ ਹੈ, ਤਾਂ 70% ਦੇ ਦੇਣੇ ਪਊਗੇ। ਇਹ ਉੱਦਾਂ ਹੀ ਹੈ ਜਿੱਦਾਂ ਅਸੀਂ ਸਾਡੀ ਕਾਰ ਦੇ ਅੰਦਰ 70% ਟੈਂਕੀ ਖਾਲੀ ਪਈ ਹੈ, ਤਾਂ ਅਸੀਂ ਜਦ ਟੈਂਕੀ ਫੁੱਲ ਕਰਾਈ ਤਾਂ ਅਸੀਂ 70% ਦੇ ਹੀ ਪੈਸੇ ਦੇਵਾਂਗੇ, ਜਿੰਨੀ ਟੈਂਕੀ ਖਾਲੀ ਸੀਗੀ। ਇਹ ਉਸੇ ਕਨਸੈਪਟ ਦੇ ਅੰਦਰ ਹੈ। ਇਹ ਇੱਕ ਆਟੋ ਦੇ ਵਿੱਚ 3 ਬੈਟਰੀਆਂ ਹੁੰਦੀਆਂ? 3 ਬੈਟਰੀਆਂ ਹੁੰਦੀਆਂ ਜੀ। ਇੱਕ ਬੈਟਰੀ ਦੀ ਕਪੈਸਿਟੀ ਕਿੰਨੀ ਹੈ? ਇੱਕ ਬੈਟਰੀ ਦੀ ਇਹ ਸਰ ਇੱਦਾਂ ਮਤਲਬ ਇੱਕ ਸਿੰਗਲ ਬੈਟਰੀ ਵਾਈਜ਼, ਨਾ ਕਦੀ ਚਾਰਜ ਲੱਗਦਾ ਨਾ ਸਿੰਗਲ ਬੈਟਰੀ ਵਾਈਜ਼ ਚੱਲੇਗੀ। ਇਹ ਇੱਕ ਵਾਰ ਦੇ ਅੰਦਰ ਤਿੰਨੋਂ ਨਿਕਲ ਕੇ ਤਿੰਨੋਂ ਹੀ ਸਵੈਪ ਹੋਊਗੀਆਂ ਅਤੇ ਤਿੰਨਾਂ ਦਾ ਹੀ ਚਾਰਜ ਲੱਗੂਗਾ ਜਦ ਵੀ ਚਾਰਜ ਲੱਗੂਗਾ। ਅਤੇ ਇੱਕ ਵਾਰ ਫੁੱਲ ਜੇ 100% ਬੈਟਰੀ ਚਾਰਜ ਨੇ ਤਾਂ ਕਿੰਨੇ ਕਿਲੋਮੀਟਰ ਤੱਕ ਇਹ ਇਲੈਕਟ੍ਰਿਕ ਆਟੋ ਚੱਲਦਾ? ਇਹ ਸਰ ਤਕਰੀਬਨ ਦੇਖੋ 65 ਤੋਂ 70 ਕਿਲੋਮੀਟਰ, ਕੋਈ ਕਸਟਮਰ ਸਾਡੇ ਕੋਲ 74 ਕਿਲੋਮੀਟਰ ਵੀ ਲੈ ਕੇ ਆ ਰਹੇ ਹਾਂ। ਇਹ ਬੜਾ ਡਿਪੈਂਡ ਕਰਦਾ ਕਸਟਮਰ ਦੀ ਡਰਾਈਵਿੰਗ ਹੈਬਿਟਸ ਕਿਹੋ ਜਿਹੀ ਹੈ, ਕਸਟਮਰ ਓਵਰਲੋਡਿੰਗ ਤਾਂ ਨਹੀਂ ਕਰ ਰਿਹਾ, ਅਗਰ ਉਹ ਸਪੀਡ ਨੂੰ ਕੰਟਰੋਲ ਕਰਕੇ ਚੱਲ ਰਿਹਾ ਹੈਗਾ ਤਾਂ ਕਸਟਮਰ 70+ ਈਜ਼ੀਲੀ ਲੈ ਸਕਦਾ। ਬੈਸਟ ਸਪੀਡ ਕੀ ਹੈ ਚਲਾਉਣ ਵਾਸਤੇ ਤਾਂ ਜੋ ਮੈਕਸੀਮਮ ਐਵਰੇਜ ਆ ਸਕੇ? ਸਰ ਬੈਸਟ ਸਪੀਡ ਜੋ ਸਰਕਾਰ ਨੇ ਦੇਖੋ ਜਿੱਦਾਂ ਤੈਅ ਕੀਤੀ ਹੋਈ ਹੈ, ਆਈ ਥਿੰਕ ਉਹ ਜਿਹੜੀ 40-45 ਦੀ ਸਪੀਡ
50 ਦੀ ਸਪੀਡ ਹੈਗੀ ਹੈ, ਅਗਰ ਉਹ ਤੋਂ ਥੱਲੇ ਥੱਲੇ ਚੱਲਦਾ ਹੈਗਾ ਤਾਂ ਕਸਟਮਰ ਨੂੰ ਬੈਸਟ ਰਿਜ਼ਲਟਸ ਮਿਲਦੇ ਆ ਬੈਟਰੀ ਦੇ। ਮਤਲਬ ਇੱਕ ਐਵਰੇਜ ਦੇਖੋ 65 66 ਤਾਂ ਇੱਕ ਈਜ਼ੀਲੀ ਕਸਟਮਰ ਸਾਡਾ। ਰਮਨ ਜੀ ਇੱਕ ਇਹ ਵੱਡਾ ਚੈਲੰਜ ਹੈ ਕਿ ਸਵੈਪਿੰਗ ਸਟੇਸ਼ਨ ਜਿਵੇਂ ਤੁਸੀਂ ਇੰਡਸਟਰੀਅਲ ਏਰੀਆ ਫੇਜ਼ 1 ਦੇ ਵਿੱਚ ਤੁਹਾਡੇ ਆਫਿਸ ਦੇ ਵਿੱਚ ਇੱਥੇ ਇੱਕ ਹੈਗਾ, ਲੇਕਿਨ ਜੇ ਇੰਡਸਟਰੀਅਲ ਏਰੀਆ ਫੇਜ਼ 1 ਤੋਂ ਕੋਈ ਬੰਦਾ ਯੂਨੀਵਰਸਿਟੀ ਵਾਲੇ ਪਾਸੇ ਜਾਂਦਾ ਹੈ ਜਾਂ ਕੋਈ ਬੰਦਾ 56 ਸੈਕਟਰ ਵਾਲੇ ਪਾਸੇ ਜਾਂਦਾ ਹੈ ਜਾਂ ਕੋਈ ਪੀਜੀਆਈ ਵਾਲੇ ਪਾਸੇ ਜਾਂਦਾ ਹੈ ਤੇ ਸਟੇਸ਼ਨਸ ਹੋਰ ਉਹਨੂੰ ਕਿੱਥੇ ਅਵੇਲੇਬਲ ਹੋਣਗੇ, ਕਿਉਂਕਿ ਇਹ ਚਾਰਜਿੰਗ ਪੁਆਇੰਟ ਹੋਣਾ ਬਹੁਤ ਜ਼ਰੂਰੀ ਹੈ। ਜੀ ਦੇਖੋ ਸਰ, ਇਹ ਸਾਡੀ ਇੱਥੇ ਦਾ ਡੀਲਰਸ਼ਿਪ ਹੈ, ਅਸੀਂ ਇੱਕ ਆਪਣਾ ਡੀਲਰਸ਼ਿਪ ਦੇ ਅੰਦਰ ਲਗਾਉਣਾ, ਸਾਡਾ ਡਿਊਟੀ ਵੀ ਸੀ ਅਸੀਂ ਲਗਾਇਆ। ਇਸ ਤੋਂ ਇਲਾਵਾ ਸਨ ਮੋਬਿਲਟੀ ਨੇ ਆਲ ਓਵਰ ਇੰਡੀਆ ਇੰਡੀਅਨ ਆਇਲ ਦੇ ਨਾਲ ਟਾਈ ਅਪ ਕੀਤਾ ਤੇ ਇੰਡੀਅਨ ਆਇਲ ਦੇ ਆਲਰੇਡੀ 3 ਪੰਪਸ ਦੇ ਅੰਦਰ ਇਹ ਮਸ਼ੀਨ ਆ ਚੁੱਕੀ ਹੈ ਤੇ ਆਉਣ ਵਾਲੇ ਟਾਈਮ ਦੇ ਅੰਦਰ ਜਿੱਦਾਂ ਜਿੱਦਾਂ ਇਹਦੇ ਆਟੋ ਰਿਕਸ਼ਾ ਦੀ ਸੰਖਿਆ ਵਧੇਗੀ ਉਸੇ ਤਰੀਕੇ ਉਹ ਪੈਰਲਲੀ ਕੰਪਨੀ ਹੋਰ ਚਾਰਜਿੰਗ ਸਟੇਸ਼ਨਸ ਉਹ ਇੰਡੀਅਨ ਆਇਲ ਦੇ ਪੰਪਸ ਦੇ ਅੰਦਰ ਲੈ ਕੇ ਆਏਗੀ। ਇਸ ਟਾਈਮ ਸੈਕਟਰ 21 ਦੇ ਇੰਡੀਅਨ ਆਇਲ ਦੇ ਪੰਪ ਦੇ ਉੱਤੇ ਐਕਟੀਵੇਟਡ ਹੈ, ਸਟੇਸ਼ਨ ਚੱਲ ਰਿਹਾ ਹੈ। ਹਰ ਦਿਨ ਉੱਥੇ ਤਕਰੀਬਨ 35 ਤੋਂ 40 ਆਟੋ ਜਾ ਕੇ ਸਵੈਪ ਹੋ ਰਹੇ ਹਨ। ਸੈਕਟਰ 26 ਦੇ ਅੰਦਰ ਟਿੰਬਰ ਮਾਰਕੀਟ ਦੀ ਬੈਕ ਸਾਈਡ ਦੇ ਅੰਦਰ ਸਟੇਸ਼ਨ ਆਲਰੇਡੀ ਐਕਟੀਵੇਟਡ ਹੈ, ਚੱਲ ਪਿਆ, ਉੱਥੇ ਵੀ ਲੋਕ ਕਾਫੀ ਜਾ ਰਹੇ ਹਨ। ਇਸ ਤੋਂ ਇਲਾਵਾ ਸੈਕਟਰ 55 ਦੇ ਅੰਦਰ ਵੀ ਇੰਡੀਅਨ ਆਇਲ ਦਾ ਪੰਪ ਹੈ, ਉੱਥੇ ਕੰਮ ਸ਼ੁਰੂ ਹੋ ਗਿਆ। ਆਈ ਥਿੰਕ ਹੋਰ 15 ਕੁ ਦਿਨਾਂ ਦੇ ਅੰਦਰ ਉਹ ਵੀ ਸਟੇਸ਼ਨ ਐਕਟੀਵੇਟ ਹੋ ਜਾਣਾ ਚਾਹੀਦਾ। ਮਤਲਬ ਕਿ ਆਲਰੇਡੀ 3 ਸਟੇਸ਼ਨਸ ਹੈਗੇ ਨੇ ਸਵੈਪਿੰਗ ਸਟੇਸ਼ਨ, ਆਲਰੇਡੀ 3 ਤਾਂ ਐਕਟੀਵੇਟਡ ਹੈ ਸਰ, ਇੱਕ ਇੰਡਸਟਰੀਅਲ ਏਰੀਆ ਦੇ ਅੰਦਰ, ਇੱਕ ਸੈਕਟਰ 21 ਦੇ ਅੰਦਰ, ਇੱਕ ਸੈਕਟਰ 26 ਦੇ ਅੰਦਰ, ਜਿਹੜੇ ਸਟੇਸ਼ਨ ਬਿਲਕੁਲ ਚੱਲ ਰਹੇ ਹਨ। ਤੁਸੀਂ ਦੱਸ ਸਕਦੇ ਹੋ ਵੀ ਬੈਟਰੀ ਚਾਰਜ ਹੁੰਦੀਆਂ ਕਿਵੇਂ ਨੇ, ਕਿਵੇਂ ਪ੍ਰੋਸੈਸ ਕੀ ਇਹਦਾ ਚਾਰਜ ਹੁੰਦਾ, ਪ੍ਰੀਪੇਡ? ਆਈ ਥਿੰਕ ਮੇਰੇ ਖਿਆਲ 'ਚ ਇਹ ਸਵੈਪਿੰਗ ਸਟੇਸ਼ਨ, ਮੈਂ ਦੱਸਦਾ ਸਰ, ਇੱਕ ਸਮਾਰਟ ਕਨਸੈਪਟ ਹੈ। ਜਦੋਂ ਵੀ ਕਸਟਮਰ ਇੱਕ ਆਟੋ ਰਿਕਸ਼ਾ ਖਰੀਦਦਾ ਹੈ, ਉਹਨੂੰ ਇੱਕ ਫ੍ਰੀ ਐਪ ਮਿਲਦਾ ਨਾਲ। ਉਸ ਫ੍ਰੀ ਐਪ ਦਾ ਬੈਨੀਫਿਟ ਇਹ ਹੈ ਵੀ ਇਸ ਫ੍ਰੀ ਐਪ ਦੇ ਅੰਦਰ ਕਸਟਮਰ ਨੂੰ ਇਹ ਪਤਾ ਲੱਗ ਜਾਂਦਾ ਹੈ ਵੀ ਮੇਰੀ ਕਿੰਨੀ ਬੈਟਰੀ ਖਾਲੀ ਪਈ ਹੈ ਤੇ ਕਿੰਨੀ ਕੰਜ਼ਿਊਮਡ ਹੈ, ਮੇਰਾ ਆਟੋ ਇੰਨੀ ਖਾਲੀ ਇੰਨੀ ਜਿਹੜੀ ਰਿਮੇਨਿੰਗ ਬੈਟਰੀ ਹੈ ਇਹਦੇ ਨਾਲ ਕਿੰਨੇ ਕਿਲੋਮੀਟਰ ਹੋਰ ਚੱਲੇਗਾ, ਇਹ ਵੀ ਉਹਨੂੰ ਪਤਾ ਲੱਗਦਾ। ਉਸ ਤੋਂ ਇਲਾਵਾ ਉਹਨੂੰ ਇਹ ਪਤਾ ਲੱਗਦਾ ਵੀ ਮੇਰੇ ਨੀਅਰੈਸਟ ਚਾਰਜਿੰਗ ਸਟੇਸ਼ਨ ਕਿਹੜੇ ਕਿਹੜੇ ਹੈ। ਇਸ ਤੋਂ ਇਲਾਵਾ ਇਹ ਵੀ ਪਤਾ ਲਗਾ ਸਕਦਾ ਵੀ ਉਸ ਪਰਟੀਕੂਲਰ ਚਾਰਜਿੰਗ ਸਟੇਸ਼ਨ ਦੇ ਅੰਦਰ ਕਿੰਨੀਆਂ ਬੈਟਰੀਆਂ ਅਵੇਲੇਬਲ ਹੈ, ਸੋ ਦੈਟ ਉਹਦੇ ਨੇੜੇ 2 ਸਟੇਸ਼ਨ ਹੈ, ਇੱਕ ਸਟੇਸ਼ਨ ਦੇ ਅੰਦਰ 8 ਬੈਟਰੀਆਂ ਅਵੇਲੇਬਲ ਹੈ, ਇੱਕ 'ਚ 12 ਅਵੇਲੇਬਲ ਹੈ, ਤਾਂ ਉਹ 12 ਵਾਲੇ 'ਚ ਜਾ ਸਕਦਾ, ਸੋ ਦੈਟ ਉਹਨੂੰ ਰਿਸਕ ਨਾ ਹੋਵੇ ਵੀ ਮੈਂ 8 ਵਾਲੇ ਸਟੇਸ਼ਨ ਦੇ ਅੰਦਰ ਜਾਵਾਂ, ਉੱਥੇ ਜਾ ਕੇ ਬੈਟਰੀਆਂ ਮੈਨੂੰ ਖਾਲੀ ਮਿਲਣ। ਇਸ ਹੱਦ ਤੱਕ ਇਨਫੋਰਮੇਸ਼ਨ ਕਸਟਮਰ ਨੂੰ ਇੱਕ ਫ੍ਰੀ ਐਪ 'ਚੋਂ ਮਿਲ ਰਹੀ ਹੈ। ਮਤਲਬ ਕਿ ਸਵੈਪਿੰਗ ਜਿਹੜੇ ਸਟੇਸ਼ਨਸ ਨੇ ਉਹਦੇ ਨੰਬਰ ਆਫ ਬੈਟਰੀਜ਼ ਵੀ ਅਲੱਗ ਅਲੱਗ ਨੇ, ਕਈਆਂ ਦੇ ਘੱਟ, ਕਈਆਂ ਦੇ ਜ਼ਿਆਦਾ? ਇਹ ਨਹੀਂ ਹੈ, ਬਟ ਇਹ ਹੈ ਵੀ ਜਿਵੇਂ ਹੁਣ ਇਹਦੇ ਵਿੱਚੋਂ 2 ਸੈੱਟ ਆਫ ਬੈਟਰੀਜ਼ ਚੱਲੇ ਜਾਣ ਤਾਂ ਸਿਰਫ 9 ਬੈਟਰੀਆਂ ਅਵੇਲੇਬਲ ਰਹਿ ਜਾਊਂਗੀਆਂ ਟੂ ਡਿਲੀਵਰ, ਬਾਕੀ 2 ਸੈੱਟਸ ਰੈਡੀ ਹੋ ਰਹੇ ਹਨ, ਚਾਰਜ ਹੋ ਰਹੇ ਹਨ, ਉਹਨਾਂ ਨੂੰ ਫਰਦਰ ਅੱਧਾ ਘੰਟਾ ਤੋਂ 45 ਮਿੰਟ ਲੱਗੂਗੇ ਚਾਰਜ ਹੋਣ ਲਈ, ਤੇ 2 ਡਿਲੀਵਰ ਸਾਡੇ ਕੋਲੇ ਸਿਰਫ 9 ਬੈਟਰੀਆਂ ਅਵੇਲੇਬਲ ਹੈ, ਤਾਂ ਉਹ ਐਪ ਦੇ ਅੰਦਰ 9 ਬੈਟਰੀਆਂ ਹੀ ਸ਼ੋਅ ਕਰੂੰਗੀਆਂ ਵੀ 9 ਬੈਟਰੀਆਂ ਰੈਡੀ ਟੂ ਡਿਲੀਵਰ ਹੈ, ਬਾਕੀ ਜਿਹੜੀ ਚਾਰਜ ਹੋ ਰਹੀਆਂ ਉਹ ਐਪ 'ਚ ਨਹੀਂ ਸ਼ੋਅ ਕਰੂੰਗੀਆਂ। ਅਸਿਊਮ ਕਰੋ ਕਿ 100% ਬੈਟਰੀ ਡਿਸਚਾਰਜ ਹੈ, ਉਹਨੂੰ ਫੁੱਲ ਚਾਰਜ ਹੋਣ ਲਈ ਕਿੰਨਾ ਟਾਈਮ ਲੱਗਦਾ? ਇਹ ਮਸ਼ੀਨ ਸਰ ਤਕਰੀਬਨ 35 ਤੋਂ 45 ਮਿੰਟ ਦੇ ਅੰਦਰ ਖਾਲੀ ਬੈਟਰੀ ਨੂੰ ਫੁੱਲ ਚਾਰਜ ਕਰ ਦਿੰਦੀ ਹੈ। ਇਹ ਕੰਮ ਕਿਵੇਂ ਕਰਦੀ ਹੈ ਤੁਸੀਂ ਦੱਸ ਸਕਦੇ ਹੋ ਸਾਨੂੰ? ਸਰ ਇੱਕ ਬੈਟਰੀ ਚਾਰਜਰ ਹੈ, ਇਹਦਾ ਇੱਕ ਸਭ ਤੋਂ ਖਾਸੀਅਤ ਮੈਂ ਤੁਹਾਨੂੰ ਦੱਸਦਾ ਹੈ ਵੀ ਇਹ ਬੈਟਰੀ ਦੇਖੋ ਹੁਣ ਸਾਡੇ ਇੱਥੇ ਤਕਰੀਬਨ ਜ਼ਿਆਦਾ ਗਰਮੀ ਦਾ ਟਾਈਮ ਰਹਿੰਦਾ, ਇਹ ਅਗਰ ਸਾਡੇ ਉੱਥੇ ਫੋਰ ਐਗਜ਼ਾਮਪਲ 40-45 ਡਿਗਰੀ ਦਾ ਟੈਂਪਰੇਚਰ ਹੈ, ਬੈਟਰੀ ਦਾ ਟੈਂਪਰੇਚਰ ਫਰਦਰ 10-15 ਡਿਗਰੀ ਹੋਰ ਚਲੇ ਜਾਂਦਾ, ਇਹਦੇ ਅੰਦਰ ਏਅਰ ਕੰਡੀਸ਼ਨ ਅਤੇ ਹੀਟਰ ਦੋਨੋਂ ਲੱਗੇ ਆ। ਸਭ ਤੋਂ ਪਹਿਲਾਂ ਇਹ ਮਸ਼ੀਨ ਉਹਨੂੰ ਇੱਕ ਐਡੂਕੇਟ ਟੈਂਪਰੇਚਰ ਦੇ ਉੱਤੇ ਲੈ ਕੇ ਆਉਂਦੀ ਹੈ, ਉਸ ਤੋਂ ਬਾਅਦ ਉਹਦੀ ਚਾਰਜਿੰਗ ਸ਼ੁਰੂ ਹੁੰਦੀ ਹੈ। ਇਸ ਕਾਰਨ ਇਸ ਬੈਟਰੀ ਦੇ ਅੰਦਰ ਸੇਮ ਬੈਟਰੀ ਦੀ ਅਗਰ ਬੰਦਾ ਘਰੇ ਚਾਰਜ ਕਰੇ ਤਾਂ ਉਹਦੀ ਲਾਈਫ 1.5 ਸਾਲ ਰਹੇਗੀ, ਇਹ ਮਸ਼ੀਨ ਦੇ ਅੰਦਰ ਅਗਰ ਉਹ ਚਾਰਜ ਹੋਏਗੀ ਤਾਂ ਉਹਦੀ ਲਾਈਫ ਅਸੀਂ ਅਸਿਊਮ ਕਰਦੇ ਹਾਂ 50% ਤੋਂ ਵੀ 40-50% ਵੱਧ ਜਾਂਦੀ ਹੈ, ਕਿਉਂਕਿ ਇਹ ਬੈਟਰੀ ਦੀ ਟੇਕ ਕੇਅਰ ਉਸ ਹਿਸਾਬ ਨਾਲ ਬੈਟਰ ਕਰਦੀ ਹੈ। ਤੇ ਇਹਨੂੰ ਕਿਵੇਂ ਤੁਸੀਂ ਅੰਦਰ ਕਿਵੇਂ ਰੱਖਦੇ ਹੋ ਚਾਰਜ ਕਰਨ ਲਈ, ਤੇ ਉਹ ਪ੍ਰੋਸੈਸ ਕਿਵੇਂ? ਇਹ ਸਰ ਸਾਰਾ ਪ੍ਰੋਸੈਸ ਤੁਹਾਨੂੰ ਦੱਸ ਦਿੰਦਾ, ਇੱਕ ਵਾਰ ਦੱਸੋ। ਨਮਸਕਾਰ, ਹਮਾਰੇ ਪਾਸ ਇੱਕ ਕੀ ਫੋਬ ਹੋਤਾ ਹੈ, ਉਸਮੇ ਕਸਟਮਰ ਕਾ ਬੈਲੈਂਸ ਚਲਤਾ ਹੈ, ਉਸਕੀ ਫੋਬ ਕੋ ਯਹਾਂ ਟੱਚ ਕਰਤੇ ਹੈ ਤੋ ਹਮਾਰੀ ਇੱਕ ਡੋਕ ਖੁੱਲ ਜਾਏਗਾ ਖਾਲੀ ਵਾਲਾ, ਉਸਕੇ ਬਾਅਦ ਹਮ ਇੱਕ ਖਾਲੀ ਬੈਟਰੀ ਇਸਮੇ ਡਾਲੇਂਗੇ, 1x1 3 ਬੈਟਰੀਆਂ ਇਸਮੇ ਸੇ ਨਿਕਲੇਂਗੀ ਭਰੀ ਹੋਈ, ਖਾਲੀ ਹਮ ਇਸਮੇ ਡਾਲ ਦੇਂਗੇ, ਕਸਟਮਰ ਆਏਗਾ ਆਪਣੀ ਖਾਲੀ ਬੈਟਰੀ ਇਸਮੇ ਡਾਲੇਗਾ, ਭਰੀ ਬੈਟਰੀ ਗਾੜੀ ਮੇ ਲੈ ਕੇ ਚਲਾ ਜਾਏਗਾ। ਤੁਸੀਂ ਦਿਖਾ ਸਕਦੇ ਹੋ ਕਿਵੇਂ ਓਪਨ ਹੁੰਦਾ? ਹਾਂਜੀ, ਇਹ ਕੀ ਫੋਬ ਹੈ ਸਰ, ਕਰਦੇ ਆਪਾਂ ਜਿਹੜੀ ਖਾਲੀ ਹੋਊਗੀ ਆਟੋਮੈਟਿਕਲੀ ਆਪਣਾ? ਹਾਂਜੀ, ਇਸਮੇ ਖਾਲੀ ਬੈਟਰੀ ਡਾਲਨੀ ਹੈ, ਆਟੋਮੈਟਿਕ ਭਰੀ ਹੋਈ ਬੈਟਰੀ ਦੇ ਦੇਗਾ, 100% ਚਾਰਜ ਬੈਟਰੀ ਉਹ ਦੇ ਦੇਗਾ। ਇਸਮੇ ਇਹ ਦਿਖਾਏਗਾ, ਇੱਕ ਨੰਬਰ ਬੈਟਰੀ ਅਭੀ ਹਮਾਰੀ ਪ੍ਰੋਸੈਸਿੰਗ ਮੇ ਹੈ, ਇੱਕ ਨੰਬਰ ਬੈਟਰੀ ਅਭੀ ਹਮਾਰੀ ਨਿਕਲੇਗੀ ਇਸਮੇ ਸੇ। ਹਾਂਜੀ, ਹੁਣੇ ਉਹ ਚੈੱਕ ਕਰ ਰਿਹਾ ਵੀ ਕਿੰਨੀ ਪਰਸੈਂਟ ਉਹ ਖਾਲੀ ਹੈਗੀ ਹੈ, ਕੈਲਕੂਲੇਟ ਕਰੇਗਾ ਉਹ ਸਰ, ਕੈਲਕੂਲੇਟ ਕਰੇ, ਕੈਲਕੂਲੇਟ ਕਰਕੇ ਦੱਸੇਗਾ ਉਸ ਵਕਤ 100% ਬੈਟਰੀ, 100% ਬੈਟਰੀ ਬਾਹਰ ਨਿਕਲੀ ਹੈ, ਇੱਕ ਨੰਬਰ ਹੋਈ ਹੈ। ਇਹ ਦੂਜੀ ਬੈਟਰੀ ਨੂੰ ਹੁਣ ਪ੍ਰੋਸੈਸ ਕਰ ਰਿਹਾ। ਮਤਲਬ ਜਿਹੜਾ ਤੁਸੀਂ ਹੁਣ ਕਾਰਡ ਲਾਇਆ ਉੱਥੇ, ਉਹਦੇ ਵਿੱਚ ਬੈਲੈਂਸ 330 ਰੁਪਏ ਹੈ? 330 ਰੁਪਏ, ਬਿਲਕੁਲ ਸਰ।
ये मतलब प्रीपेड है, बंदा अपने आप चार्ज कर सकता है, रिचार्ज कर सकता है। बिल्कुल सर, ये पेटीएम से रिचार्ज होता है ऑटोमेटिकली, पेटीएम से रिचार्ज हो जाता है। ये दूसरी बैटरी आ गई, हम तीसरी बैटरी ऐसी पावांगे। ये तीसरी बैटरी मिल गई, अब टोटल अमाउंट दिखाएगा कितना बैटरी डिस्चार्ज थी, कितना अमाउंट उसमें लगा। ये तीसरी बैटरी निकली, अब ये टोटल तीनों बैटरियां उन्होंने कर लिया है, हुन एक बार रीड कर लिया है ना। हां जी, तो हुन ये देखो सर, 77% वो यूज थी, 114 रुपए लगे हैं। अच्छा, मतलब करीब करीब 23% वो बैटरी खाली है। हां जी, मिनिमम बैलेंस अभी 216 रुपए बच गया। 16 बच गया जी। ओके, मतलब अपने आप उन्होंने डिटेक्ट करना है जितनी बैटरी खाली है उसके हिसाब के नाल, तो बाकी बैलेंस रिमेन रहेगा उसके बीच। बिल्कुल सर, बिल्कुल। मतलब ये सारा प्रोसेस है, तो रमन जी नाल एक बार फिर गल करांगे। रमन जी, ये इंजन का खर्चा कोई नहीं, मेंटेनेंस का खर्चा कोई नहीं? मैं दसूंगा इन कस्टमर नूं की बेनीफिट है, भी ये वहीकल ऑलमोस्ट मेंटेनेंस फ्री है। ये अंदर इंजन के सब झंझट खत्म है, क्योंकि ये अंदर इंजन है ही नहीं, ये अंदर सिर्फ एक मोटर लगी है, जिहड़ी मोटर की भी असी 1,00,000 किलोमीटर ते 3 साल की वारंटी दे रहे हैं। वाटरप्रूफ मोटर है मेरे ख्याल ये, टोटली वाटरप्रूफ मोटर है सर, सारा कंसैप्ट वाटरप्रूफ है, बैटरियां दे डॉक्स टोटली अच्छे लेवल से टेस्टिंग कीते हैं, वाटरप्रूफ है। कस्टमर नूं इस तो अलावा सर, ये अंदर मेंटेनेंस की है, हर 10,000 किलोमीटर के अंदर एक पीरियोडिकली जनरल चैकअप होंदा, तो हर 20,000 किलोमीटर के उत्ते सिर्फ ये अंदर गेयर ऑयल बदलिया जाना, तो वो गेयर ऑयल भी असी फॉर फस्ट 3 ईयरस कस्टमर नूं फ्री दे रहे हैं। मतलब पहले 3 साल कस्टमर दा लिए टोटल मेंटेनेंस फ्री वहीकल है, कस्टमर नूं सिर्फ बैटरी स्वैप करानी है या टायरों की हवा भरवानी है। ये गेयर भी नहीं है, लेकिन ये कोई गेयर नहीं है सर, आओ मैं तुहानूं दिखाना, ये ऑटोमैटिक गेयर बॉक्स हैगा अंदर। अगर कमर्शियल वहीकल की गल करिए, कस्टमर नूं सारा दिन क्लच के नाल मगजमारी करनी पैंदी हैगी है, एक नॉइज बहुत ज़्यादा होंदी है किसी भी ऑटो रिक्शा की, अगर आप गल करिए तो यह टोटल नॉइस फ्री वहीकल है, ये अंदर कोई क्लच नहीं है, जब क्लच नहीं है तो कोई क्लच वायर का खर्चा नहीं, कोई क्लच प्लेट्स का खर्चा नहीं, तो वो सारी टेंशन तो कस्टमर मुक्त होता है। साढ़े को कस्टमर है जी, जे 15,000 किलोमीटर ऑटो रिक्शा अपना चला चुके हैं, हूँ अगर उन्होंने आईसी इंजन का कोई भी साढ़े तो CNG LPG या डीजल ऑटो रिक्शा लिता हों, तो आई गैस वो 5,000 किलोमीटर के हिसाब न 3 बार तो अपना इंजन ऑयल वगैरह चेंज करा चुके होंगे, जोड़ा एक खर्चा तो लगता ही लगता, कस्टमर की एक दिहाड़ी भी टुटती है। हूँ इतने वो कस्टमर साढ़े कस्टमर भुल चुके हैं भी वो सर्विस होंगी की है, अज अगर वो मेरे कस्टमर कोई कहे भी तू आईसी इंजन वाला रिक्शा उदा ही गल होगी, जिमें अज असी होंडा एक्टिवा स्कूटर चलाने हैं, अगर अब सू कोई कह दे भी बजाज चेतक स्कूटर के नाल इतों 17 सेक्टर तक भी जाना, सानू बहुत औखा लगेगा, असी वो कंसैप्ट अज भुल चुके हैं। तो सेम यही गल है भी जब एक बार ये बंदा महीना का ऑटो रिक्शा वाला चला लैंदा, वो गेयर वाला क्लच वाला सिस्टम समझ ही नहीं आ पाता, समझ नहीं आ पाता। ते जीरो एमिशन मैं पढ़िया है, ये सिलेंसर रखा भी है कि नहीं सर? ये जब इंजन नहीं हैगा तो कोई एमिशन ही नहीं है, कोई ये बिल्कुल जीरो एमिशन वहीकल है। तो चंडीगढ़ के लिए जिस हिसाब न चंडीगढ़ के अंदर प्रशासन चाहती है, आई थिंक एक बहुत अच्छा स्टैप है प्रशासन का, साढ़े को भी देखो CNG ऑटो रिक्शा है, बट जिदा जिस डायरेक्शन के अंदर प्रशासन चल रही है उसी डायरेक्शन के अंदर असी काम कर। पोल्यूशन भी बहुत ज़्यादा हो रहा है, अपने एनवायरमेंट बहुत ज़्यादा खराब हो रहा है, उसके लिए कुछ ना कुछ सानू भी सोचने की लड़ है। बिल्कुल सोचना चाहिए सर, ये ही प्याजो कंपनी ने सब तो पहल की है, आई थिंक रेनाउंड मैनुफैक्चरर के अंदरों प्याजो ही ऐसी कंपनी है जी सब तो पहला एक ये इलैक्ट्रिक ऑटो रिक्शा लेके भी आई है। तुम स्टार्ट करके दिखा सकते हैं ये ऑटो किसका है? अच्छा सर, इतने खड़े ने, यकीन मनो इस टाइम ऑटो रिक्शा स्टार्ट खड़े है, स्टार्ट है इस टाइम, स्टार्ट है इस टाइम, असी सिर्फ इन्हों एक ड्राइव मोड के अंदर पाना है जी, तो ड्राइव मोड के अंदर पाते सर आप हल्का एक्सीलेटर देवे तो ऑटो रेडी है। बाकी ये स्टार्ट है, मतलब आवाज़ बिल्कुल नहीं है खड़े, ये मतलब मेरे ऑटो रिक्शा ड्राइवर की वर्डिंग है भी एक बार जो सवारी ये बैठ रही है, खास करके जो लेडीज सवारी है, तो वो इस तो बाद किसी होर ऑटो रिक्शा के अंदर ट्रैवल करना उन्होंने बहुत औखा लगता है, क्योंकि हर एक नॉर्मल ऑटो रिक्शा के अंदर वाइब्रेशन हैगी है, इंजन नॉइज़ बहुत ज़्यादा हैगी है, तो ये सवारी के पॉइंट ऑफ व्यू तो, ड्राइवर के पॉइंट ऑफ व्यू तो ड्राइवर नूं बेचारे नूं तुसीं देखो 1 किलोमीटर के अंदर ही उन्होंने अगर चौथा गेयर पाना तो किन्नी बार उन्होंने क्लच दबना पैंता, किन्नी बार उन्होंने गेयर चेंज करना पैंता है, उन्होंने लिए बहुत कंफर्टेबल हैगा। मतलब बिना इंजन तो बिना क्लच तो ठीक चल रहा है? बिल्कुल, आवाज़ बिल्कुल नहीं है, बिल्कुल आवाज़ फर्क महसूस करते हो? हाँ जी,
ਨਹੀਂ ਬਾਕੀ ਮਤਲਬ ਆਵਾਜ਼ ਬਿਲਕੁਲ ਨਹੀਂ ਹੈਗੀ ਅਤੇ ਜਿਹੜੇ ਲੋਕ ਕਹਿੰਦੇ ਨਾ ਆਟੋ ਦੇ ਵਿੱਚ ਟਰੈਵਲ ਕਰਨਾ ਬੜਾ ਔਖਾ ਹੈ ਕਿਉਂਕਿ ਇੱਕ ਤਾਂ ਜਿਵੇਂ ਭਾਅ ਜੀ ਨੇ ਦੱਸਿਆ ਕਿ ਇੰਜਨ ਦੀ ਆਵਾਜ਼ ਬਹੁਤ ਹੈ, ਵਾਈਬ੍ਰੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕਮਰ ਦਾ ਕਈ ਵਾਰ ਕਹਿੰਦੇ ਕਮਰਾ ਬਣ ਜਾਂਦਾ, ਲੇਕਿਨ ਬਿਲਕੁਲ ਵੀ ਆਵਾਜ਼ ਨਹੀਂ। ਇਹ ਤਾਂ ਅਸੀਂ ਹੁਣ ਖੁਦ ਮਹਿਸੂਸ ਕੀਤਾ ਕਿਉਂਕਿ ਮਾਈਕ ਵਿੱਚ ਪਤਾ ਨਹੀਂ ਆਵਾਜ਼ ਵੈਸੇ ਹੀ ਨਹੀਂ ਹੈਗੀ, ਆਵਾਜ਼ ਤਾਂ ਆਉਣੀ ਕੀ ਸੀਗੀ ਅਤੇ ਬਿਲਕੁਲ ਵੀ ਆਵਾਜ਼ ਨਹੀਂ ਹੈ, ਤਾਂ ਵਾਈਬ੍ਰੇਸ਼ਨ ਹੋ ਗਿਆ, ਨੋਇਸ ਹੋ ਗਈ, ਨੋਇਸ ਪੋਲਿਊਸ਼ਨ ਤੋਂ ਤੁਸੀਂ ਬਚੋਗੇ, ਦੂਸਰੇ ਪੋਲਿਊਸ਼ਨ ਤੋਂ ਤੁਸੀਂ ਬਚੋਗੇ ਅਤੇ ਵਧੀਆ ਉਪਰਾਲਾ ਹੈ ਆਪਣੇ ਇਨਵਾਇਰਮੈਂਟ ਨੂੰ ਸਾਫ਼ ਰੱਖਣ ਦਾ। ਅਤੇ ਉਮੀਦ ਕਰਦਾ ਕਿ ਇਸ ਇਲੈਕਟ੍ਰਿਕ ਆਟੋ ਦੇ ਅੱਗੇ ਆਉਣ ਵਾਲੇ ਸਮੇਂ ਵਿੱਚ ਰਿਜ਼ਲਟ ਵੀ ਚੰਗੇ ਆਉਣਗੇ ਅਤੇ ਆਉਣ ਵਾਲੇ ਸਮੇਂ ਵਿੱਚ ਕੁਝ ਹੱਦ ਤੱਕ ਪੋਲਿਊਸ਼ਨ ਨੂੰ ਕੰਟਰੋਲ ਕਰਨ ਵਿੱਚ ਇਹ ਇਲੈਕਟ੍ਰਿਕ ਆਟੋ ਆਪਣਾ ਯੋਗਦਾਨ ਜ਼ਰੂਰ ਪਾਉਣਗੇ। ਵੀਡੀਓ ਜਰਨਲਿਸਟ ਕਮਲ ਦੇ ਨਾਲ ਠਾਕੁਰ ਅਮਨਦੀਪ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।